ਹਾਂਜੀ ਬੋਬੋ ਕਰਦੇ ਆ ਸਵਾਗਤ ਤੁਹਾਡੇ ਆਪਦੇ YouTube ਚੈਨਲ ਤੇ ਜਿਹੜਾ ਵੀਰ ਭਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਹਾਲਤ ਕਰ ਦਿਓ ਸੈਟ ਥੈਂਕ ਯੂ ਸਾਨੂੰ ਤੁਹਾਡੀਆਂ ਨਮਈਤੋਂ ਨਮੇ ਟਰੈਕਟਰ ਸੇਲ ਪਰਚੇਦਿਆਂ ਵੀਡੀਓ ਚੈਨਲ ਤੇ ਮਿਲਦੀਆਂ ਰਹਿਣ ਤੇ ਸਭ ਤੋਂ ਪਹਿਲਾਂ ਛੜਾ ਹੈਲਪਲਾਈਨ ਨੰਬਰ ਕਰੋ ਨੋਟ ਇਸਤੇ 52 ਤੇ ਫੋਟੋਆਂ ਭੇਜ ਕੇ ਦੇ ਇਨਫਰਮੇਸ਼ਨ ਭੇਜ ਕੇ ਕਿਸੇ ਵੀ ਛੰਦ ਦੀ ਐਡ ਲਵਾ ਸਕਦੇ ਹਾਂ ਤੇ ਬਾਈ ਜੀ ਆਪਾਂ ਕਿਸੇ ਵੀ ਡੰਗਰ ਪਸੂ ਦੀ ਐਡ ਨਹੀਂ ਲਾਵਾਂਗੇ ਚੈਨਲ ਤੇ ਤੇ ਜੱਫਤ ਬੱਲਗਲ ਕਰਦੇ ਆ ਆਪਾਂ ਫਾਰਮਟਰ 160 ਦੀ ਜੇਸ਼ ਦਾ ਇਹ ਮਾਡਲ ਹੈ 1998 ਮਾਡਲ ਟਰੈਕਟਰ ਦਾ ਜੇ ਆਪੇ ਟਾਇਰ ਦੀ ਗੱਲ ਕਰੀਏ ਪੰਜਾਬ ਹੈ ਟਾਇਰ ਪੈਣੇ ਪਿਆਪ ਨੰਬਰ ਹੈ ਟਰੈਕਟਰ ਬਾਡੀ ਚਾਹ ਦੇ ਰੰਗ ਲੇਕਾ ਰੰਗ ਨਾਲ ਟਰੈਕਟਰ ਦਾ ਇੱਕ ਤੇ ਬਰਸਾਂ ਵਿੱਚ ਫਿਰਿਆ ਪੂਰੀ ਸਾਸ ਹਮਾਲ ਦੇ ਜੈਡ ਰੱਖਿਆ ਗਿਆ ਤੇ ਹੈਵੀ ਬੰਪਰ ਹੱਡ ਨਾਲ ਟਰੈਕਟਰ ਦੇ ਅਗਲੇ ਟਾਇਰ ਦੇ ਮਗਰਾੜ ਲੱਗੇ ਹੋਏ ਨੇ ਫਲਵਧੀਏ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜਿਹੜਾ ਵੀਰ ਭਰਾ ਟਰੈਕਟਰ ਲੈਣ ਲਈ ਚਾਹਵਾਨ ਹੋਵੇ ਵਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖਰੀਦ 사ਦੇ ਹੂੰ ਤੇ ਜੇ ਆਪਾਂ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 210000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦਾ ਤੇ ਮਾਲਕਾਂ ਦਾ ਜੁਵੇਰੀਆ ਉਹ ਹੈ ਗਿਆ ਫਰੀਦਕੋਟ ਤੇ ਹੁਣ ਨਾ ਪਗਲ ਕਰਦੇ ਆ ਨਿਊ ਹਾਲੈਂਡ 330 ਸਪੈਸ਼ਲ ਐਡੀਸ਼ਨ ਦੀ ਜੇਸ਼ਦਾਈਓ ਮਾਡਲ ਹੈ 2015 ਮਾਡਲ ਟਰੈਕਟਰ ਦਾ ਜੇ ਆਪੇ ਟਾਈਮ ਦੀ ਗੱਲ ਕਰੀਏ 65 70 ਬਹੇ ਟਾਇਰ ਪੈਣੇ ਨਾਲ ਦੇ ਢਾਂ ਨੇ ਟਰੈਕਟਰ ਦੇ ਹੈਵੀ ਬੰਪਰ ਫਾਈਬਰ ਹੁੱਡ ਨਾਲ ਟਰੈਕਟਰ ਦੇ ਬਾਡੀ ਚੈਸਸ ਦੇ ਰੰਗਲੀ ਕਾ ਰੰਗ ਨਾਲ ਦਾ ਹੈ ਕਿਤੇ ਹੀ ਵਰਸਤਾਨੀ ਫਰੀਆਪੁਰੀ ਸਾਸਮਾਲ ਦੇ ਜੈਡ ਰੱਖਿਆ ਗਿਆ ਪ੍ਰੈਸ ਸਟੀਅਰਿੰਗ ਆ ਟਰੈਕਟਰ 3 ਸਪੀਡ ਹੈ ਤੇ ਇੰਜਨ ਗੇਅਰ ਲਿਫਟ ਪੰਪ ਦਾ ਫੁੱਲ ਓਕੇ ਆ ਟਰੈਕਟਰ ਕੋਈ ਗੰਬੇਸ਼ ਨਹੀਂ ਕੋਈ ਪਾਰਟਸ ਨਹੀਂ ਨਿਆ ਹੋਇਆ ਕੋਈ ਰਿਪੇਅਰ ਨਹੀਂ ਪਾਲ ਦਾ ਟਰੈਕਟਰ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾਦੇ ਹੋ ਤੇ ਪੰਜਾਬ ਨਾ ਬ੍ਰੈਟ ਰਾਈਟਰ ਡੰਡਾ ਡਰਾਈਵਲ ਨਾਲ ਟਰਾਈਡ ਦੇ ਤੇ ਜੇ ਆਪਾਂ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 565000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੋਈ ਟਾਈਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਗਾਲ ਕਰਕੇ ਦੋਸਰਾ ਟਰੈਕਟਰ ਖੀਸਾਦੇ ਹਾਂ ਤੇ ਮਾਲਕਾਂ ਦਾ ਜੁਹਿਰੀਆ ਉਹ ਹੈਗਾ ਬਰਨਾਲਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਸ਼ਵਰਾਸ 735F ਦੀ ਜਿਸ ਦਾ ਇਹ ਮਾਡਲ ਹੈ 1993 ਮਾਡਲ ਦਾ ਟਰੈਕਟਰ ਦਾ ਬਾਹਰ ਪੰਪ ਵਾਲਾ ਟਰੈਕਟਰ ਹੈ ਜੇ ਆਪਾਂ ਇਹ ਟਾਈਮ ਦੀ ਗੱਲ ਕਰੀਏ 56 ਬ ਹੈ ਇਹ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲ ਆਲਾ ਟਰੈਕਟਰ ਦੇ ਬਾਡੀ ਚੈਸ ਦੇ ਰੰਗ ਲਿੰਕਾਂ ਰੰਗ ਸਰ ਨਾਲ ਦਾ ਟਰੈਕਟਰ ਦਾ ਕਿਤੇ ਵੀ ਬਰਸਦਾ ਨਹੀਂ ਫਿਰਿਆ ਪੂਰੀ ਸਾਸਮਾਲ ਦੇ ਵਿੱਚ ਟਰੈਕਟਰ ਰੱਖਿਆ ਗਿਆ ਹੈ ਇੰਜਨ ਗੀਅਰ ਲਿਫਟ ਪੰਪ ਦਾ ਫੁੱਲ ਓਕੇ ਹੈ ਟਰੈਕਟਰ ਕੋਈ ਗੰਬੇਸ਼ ਨਹੀਂ ਕੋਈ ਪਾਟਕਸ਼ੇ ਨਹੀਂ ਹੋਇਆ ਹੋਇਆ ਕੋਈ ਭੇਰ ਨਹੀਂ ਪਾਲਦਾ ਟਰੈਕਟਰ ਪੰਜਾਬ ਨੰਬਰ ਹੈ ਤੇ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਾਨ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾਦੇ ਉਹ ਤੇ ਜੇ ਆਪਾਂ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 1,30,000 ਰੁਪਏ ajo ਕੀ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਇਸ ਤੇ ਗਾਲ ਘਰ ਕੇ ਦੂਸਰਾ ਟਰੈਕਟਰ ਖਿੱਚਾਦੇ ਹਾਂ ਤੇ ਮਾਲਕਾਂ ਦਾ ਜੁਵੇਰੀਆ ਹੋਇਆਗਾ ਫਰੀਦਕੋਟ ਤੇ ਹੁਣ ਆਪਾਂ ਗੱਲ ਕਰਦੇ ਹਾਂ ਪ੍ਰੀਤ 6090 ਦੀ ਜੇਸ਼ ਦਾ ਇਹ ਮਾਡਲ ਹੈ 2011 ਮਾਡਲ ਦਾ ਟਰੈਕਟਰ ਦਾ ਅੱਜ ਆਪੇ ਟਾਇਰ ਦੀ ਗੱਲ ਕਰੀਏ 85% ਹੈ ਟਾਇਰ ਪੈਣ ਹੈ ਹੈਵੀ ਬੰਪਰ ਹੱਡ ਨਾਲ ਆ ਟਰੈਕਟਰ ਦੇ ਬਾਡੀ ਚੈਸਿਸ ਦੇ ਰੰਗ ਲਿੰਕਾਂ ਰੰਗ ਸਾਰ ਨਾਲ ਟਰੈਕਟਰ ਦਾ ਕਿਤੇ ਵੀ ਬੁਰਸਤ ਨਹੀਂ ਫਿਰਿਆ ਪੂਰੀ ਸ਼ਾਸਮਾਲ ਦੇ ਵਿੱਚ ਹੈਟਰ ਰੱਖਿਆ ਗਿਆ ਇੰਜਨ ਗੀਅਰ ਲਿਫਟ ਪੰਪ ਦਾ ਫੁੱਲ ਓਕੇ ਟਰੈਕਟਰ ਕੋਈ ਜੇ ਬੇਸ਼ਨ ਕੋਈ ਪਾਰਟਸ ਚੇਨ ਨਹੀਂ ਹੋਇਆ ਹੋਇਆ ਕੋਈ ਰਿਪੇਅਰ ਨਹੀਂ ਭਾਲਦਾ ਟਰੈਕਟਰ ਪੰਜਾਬ ਨੰਬਰ ਹੈ ਡੰਡਾ ਡਬਲ ਨਾਲ ਆ ਟਰਾਈਡ ਦੀ ਜਿਹੜਾ ਵੀਰਪੁਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਹੀ ਸਾਧਿਆ ਫਸਟ ਪਾਰਟੀ ਨਾਮਾ ਟਰੈਕਟਰ ਜੇ ਆ ਪੇਡ ਮੰਗ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਰਕ ਰੱਖੀ ਗਈ ਹੈ 3 ਲੱਖ 49000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੋ ਟਾਈਟ ਨੰਬਰ نیچے ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਗੱਲ ਕਰਕੇ ਤੁਸੀਂ ਟਰੈਕਟਰ ਖਰੀਦ 사ਦੇ ਹੂੰ ਤੇ ਮਾਲਕਾਂ ਦਾ ਜੁਵੇਰੀਆ ਉਹ ਹੈਗੇ ਬਰਨਾਲਾ ਤੇ ਹੁਣ ਨਾ ਪਗਲ ਕਰਦੇ ਆ ਅਰਜਨ 605 ਡੀ ਆਈ ਦੀ ਇਹ ਜਿਸਦਾ ਇਹ ਮਾਡਲ ਹੈ 2010 ਮਾਡਲ ਦਾ ਟਰੈਕਟਰ ਦਾ ਜਿ ਆਪੇ ਟਾਈਨ ਦੀ ਗੱਲ ਕਰੀਏ 60 65 ਵੇ ਹੈ ਟਾਇਰ ਪੈਣੇ ਹੈਵੀ ਬੰਪਰ ਨਾਲ ਟਰੈਕਟਰ ਦੇ ਬਾਡੀ ਚਾਸਿਸ ਦਾ ਰੰਗ ਲਿੰਕਾ ਰੰਗ ਸਾ ਨਾਲ ਟਰੈਕਟਰ ਦਾ ਕਿਤੇ ਵੀ ਬਰਸਤਾਂ ਨਹੀਂ ਫਿਰਿਆ ਪੂਰੀ ਸਾਸਮਾਲ ਦੇ ਵਿਚਟਰ ਰੱਖਿਆ ਗਿਆ ਤੇ ਗੁਡੀਅਰ ਕੰਪਨੀ ਦੇ ਟਾਇਰ ਨੇ ਟ੍ਰੈਕਟਰ ਦੇ ਡੰਡਾ ਡਰਾਵਲ ਨਾਲ ਟਰੈਕਟਰ ਦੇ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖਿਸਾ ਦਿਓ ਇੰਜਣ ਗੇਅਰ ਲਿਫਟ ਪੰਪ ਦਾ ਫੋਲੋ ਕੀਤਾ ਟਰੈਕਟਰ ਕੋਈ ਕੰਬਸ਼ਨ ਨਹੀਂ ਕੋਈ ਪਾਰਟ ਚੇਨ ਨਹੀਂ ਹੋਇਆ ਹੋਇਆ ਕੋਈ ਬੇਰ ਨਹੀਂ ਪਾਲ ਦਾ ਨਿਊ ਬੈਟਰੀਆ ਟਰੈਕਟਰ ਦੀ ਤੇ ਜੇ ਆਪਾਂ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਹ ਦੀ ਡਿਮਾਂਡ ਰੱਖੀ ਗਈ ਹੈ 3,55,000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਹੈ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕਾਂ ਦਾ ਜੋ ਏਰੀਆ ਉਹ ਹੈਗਾ ਮੋਗਾ ਤੇ ਹੁਣ ਆਪਾਂ ਗੱਲ ਕਰਦੇ ਆਂ ਸੋਨਾ ਲਿਕਾ 60 ਡੀ ਆਈ ਦੀ ਜਿਸ ਦਾ ਇਹ ਮਾਡਲ ਹੈ 2013 ਮਾਡਲ ਹੈ ਟਰੈਕਟਰ ਦਾ ਜਿਆ ਪਏ ਟਾਇਰ ਦੀ ਗੱਲ ਕਰੀਏ 7680 ਪਏ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਮਗਲੇ ਟਾਇਰ ਤੇ ਵੇਡਸ ਲੱਗੇ ਹੋਏ ਨੇ ਬਾਡੀ ਚੈਸ ਦਾ ਰੰਗ ਲਿੰਕਾ ਰੰਗ ਸਾੜ ਨਾਲ ਟਰੈਕਟਰ ਦਾ ਕਿਤੇ ਹੀ ਬਰਸਤ ਨਹੀਂ ਫਿਰਿਆ ਪੂਰੀ ਸਾਜ਼ਮਾਲ ਦੇ ਵਿੱਚ ਟਰੈਕਟਰ ਰੱਖਿਆ ਗਿਆ ਹੈ ਹੈਵੀ ਬੰਪਰ ਹੁੱਡ ਨਾਲ ਹੈ ਤੇ ਪプレਸਰ ਸ਼ੇアリング ਟਰੈਕਟਰ ਦਾ ਤੇ ਜਿਹੜਾ ਵੀਰ ਭਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾਦੇ ਹੂੰ ਤੇ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 3,70,000 ਰੁਪਏ ਜੋ ਕੀ ਮੌਕੇ ਦੇ ਥੋੜਾ ਬਾਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾਦੇ ਹੂੰ ਤੇ ਮਾਲਕਾਂ ਦਾ ਜੁਵੇਰੀਆ ਉਹ ਹੈ ਗਿਆ ਬਠਿੰਡਾ ਤੇ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਇਹ ਵੀਰਪਰਾ ਆਪਣੇ ਚੈਨਲ ਤੇ ਨਾਮ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬਰ ਨਾਲ ਲੱਗੇ ਘੰਟੀ ਦੇ অপਸ਼ਨ ਨੂੰ ਹਾਲ ਤੇ ਕਰ ਦਿਓ ਸੈਟ ਤਾਂ ਕਿ ਤੁਹਾਨੂੰ ਸਾਡੀਆਂ ਨਮਿਤ ਨੇ ਮੇ ਟਰੈਕਟਰ ਸੇਲ ਪਰਚੇਜ ਦੇ ਵੀਡੀਓ ਚੈਨਲ ਤੇ ਮਿਲਦੀਆਂ ਰਹਿਣ ਧੰਨਵਾਦ ਜੀ ਛਤਿਸ਼ਰੀ ਅਕਾਲ